ਆਦਤ ਨਾ ਕਰਨਾ, ਸ਼ੈਤਾਨ ਦੀ ਗੱਲ ਨਾ ਮੰਨਣਾ। ਇਨਹੁ ਲਕੁਮ ਅਦੁਵੁਮ ਮੁਬੀਨ, ਉਹ ਤੁਹਾਡਾ ਖੁੱਲਮ ਖੁੱਲਾ ਦੁਸ਼ਮਣ ਸੀ, ਫਿਰ ਵੀ ਉਹਦੇ ਪਿੱਛੇ ਲੱਗ ਗਏ। ਵਾਨੇ ਅਬਦੂਨੀ ਹਾਜ਼ਾ ਸਿਰਾਤੁਮ ਮੁਸਤਕੀਮ, ਰੱਬ ਫਰਮਾਇਆ ਮੈਂ ਤੁਹਾਨੂੰ ਕਿਹਾ ਸੀ ਮੇਰੀ ਇਬਾਦਤ ਕਰਨਾ, ਇਹੋ ਹੀ ਤੁਹਾਡੇ ਵਾਸਤੇ ਹਦਾਇਤ ਵਾਲਾ ਸਿੱਧਾ ਰਸਤਾ ਸੀ। ਲੇਕਿਨ ਉਹ ਰਸਤੇ ਨੂੰ ਤੁਸੀਂ ਛੱਡ ਗਏ, ਉਸ ਰਸਤੇ ਤੋਂ ਬਹਿਕ ਗਏ। ولقد أضل منكم جبلا كثيرا أفلم تكونوا تعقلون, فرمایا کہ تواڈے وچوں بہت سارے لوکاں نوں شیطان نے بہکا دتا, صحیح رستے تو ہٹا دتا, کیا تسی عقل تے شعور نہیں سو رکھدے؟ هذه جهنم التي كنتم توعدون, فرمایا اے او جہنم ہے بھڑکدی ہوئی اگ کہ جدا رب نے تواڈے نال وعدہ کیتا سی کہ پیڑے کم کرو گے تواڈا ٹھکانا کیڑا ہے؟ جہنم۔ تینوں پتہ ہے ختم دے تے اکثر بندے جڑے نا مزے لین آوندے نے ماں دی شان دے پیو دی شان دے, لیکن ਇਸ ਵਕਤ ਜ਼ਰੂਰਤ ਕਿਸ ਚੀਜ਼ ਦੀ ਆ ਕਿ ਆਪਣੇ ਕਿਰਦਾਰ ਨੂੰ ਠੀਕ ਕੀਤਾ ਜਾਏ, ਆਪਣੇ ਤਸ਼ਖਸ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਏ ਕਿ ਮੈਂ ਕੀ ਹਾਂ। ਜਦੋਂ ਤੁਸੀਂ ਆਪਣੇ ਆਪ ਨੂੰ ਦਰੁਸਤ ਕਰ ਲਓਗੇ, ਦੂਸਰੇ ਵੱਲ ਨੂੰ ਉਂਗਲੀ ਨਹੀਂ ਉਠਾਓਗੇ। ਜਦੋਂ ਆਪਣੇ ਆਪ ਨੂੰ ਅਸੀਂ ਦਰੁਸਤ ਕਰ ਲਵਾਂਗੇ, ਕਿਸੇ ਨੂੰ ਮਤ ਦੇਣ ਦੀ ਜ਼ਰੂਰਤ ਨਹੀਂ, ਹਰ ਬੰਦਾ ਹੀ ਆਪਣੇ ਅੱਛੇ ਤਰੀਕੇ ਦੇ ਨਾਲ ਜਹਾਂ ਵਿੱਚ ਅਗਲੇ ਜਹਾਂ ਵਿੱਚ ਕਾਮਯਾਬ ਹੋ ਜਾਏ। ਅੱਲਾ ਇਰਸ਼ਾਦ ਫਰਮਾਇਆ ਇਹ ਉਹ ਜਹੰਨਮ ਹੈ ਜਿਹਦਾ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ। ਇਸ ਤੋਂ ਪਹਿਲਾ ਹਿੱਸਾ ਕੀ ਸੀ? ਅੱਲਾ ਨੇ ਵਾਅਦਾ ਕੀਤਾ ਨੇਕ ਬਣੋਗੇ, ਅੱਲਾ ਦੇ ਰਸੂਲ ਦੀ ਫਰਮਾ ਬਰਦਾਰੀ ਕਰੋਗੇ, ਜੰਨਤ ਮਿਲੇਗੀ। ਜਿਹਨੂੰ ਜੰਨਤ ਮਿਲੇਗੀ ਉਹਨੂੰ ਰੱਬ ਸਲਾਮ ਵੀ ਕਰੇਗਾ, ਜਿਹਨੂੰ ਜਹੰਨਮ ਮਿਲੇਗੀ ਉਹਦੇ ਵਾਸਤੇ ਅੱਲਾਹ ਦਾ ਕੀ ਐਲਾਨ ਹੈ? ਇਸਲਾਉ ਹਲ ਯੌਮ ਬਿਮਾ ਕੁੰਤੁਮ ਤਕਫੁਰੂਨ, ਫਰਮਾਇਆ ਕਾਫਰੋ ਤੇ ਮੁਨਕਰੋ ਅੱਜ ਦੇ ਦਿਨ ਇਹੋ ਹੀ ਤੁਹਾਡਾ ਠਿਕਾਣਾ ਹੈ। ਫਰਮਾਇਆ ਅਲ ਯੌਮ ਨਖਤਮੁ ਅਲਾ ਅਫਵਾਹਿਹਿਮ ਵਤਕਲਮੂਨਾ ਅਈਦਿਹਿਮ ਵਤਸ਼ਹਦੁ ਅਰਜੁਲੁਹੁਮ ਬਿਮਾ ਕਾਨੂ ਯਕਸਬੂਨ। ਅੱਲਾ ਫਰਮਾਂਦਾ ਉਸ ਦਿਨ ਅਸੀਂ ਮੂੰਹ ਦੇ ਉੱਤੇ ਮੋਹਰਾਂ ਲਾ ਦੇਵਾਂਗੇ, ਮੂੰਹ ਦੇ ਉੱਤੇ ਅਲ ਯੌਮ ਨਖਤਮੁ ਅਲਾ ਅਫਵਾਹਿਹਿਮ, ਮੂੰਹਾਂ ਦੇ ਉੱਤੇ ਮੋਹਰਾਂ ਲਗਾ ਦਿੱਤੀਆਂ ਜਾਣਗੀਆਂ। وَتُكَلِّمُونَ أَيْدِيهِمْ, فرمایا تواڈے ہاتھ جڑے نے گفتگو کرن گے, گلاں کرن گے, وَتَشْهَدُ أَرْجُلُهُمْ تواڈے پیر تواڈے خلاف گواہی دین گے, بِمَا كَانُوا يَكْسِبُونَ جڑے تسی بد اعمال کرتے سو۔ اللہ رجاء فرمایا وَلَوْ نَشَاءُ لَطَمَسْنَا عَلَىٰ أَعْيُنِهِمْ, ਅਗਰ ਅਸੀਂ ਚਾਹਾਂਗੇ ਤੁਹਾਡੀਆਂ ਅੱਖਾਂ ਇਸ ਤਰ੍ਹਾਂ ਬੰਦ ਕਰ ਦੇਵਾਂਗੇ ਜਿਸ ਤਰ੍ਹਾਂ ਕਦੇ ਤੁਹਾਡੀਆਂ ਅੱਖਾਂ ਹੈ ਹੀ ਨਹੀਂ ਸਨ। ਫਸਤਾ ਮਬਸਰਾਤ ਫਅਨਾ ਯਬਸਰੂਨ, ਫਿਰ ਇਸ ਤਰ੍ਹਾਂ ਲਪਕ ਲਪਕ ਕੇ ਚੱਲੋਗੇ, ਇਸ ਤਰ੍ਹਾਂ ਜਨਾਬੇ ਵੱਲ ਹੱਥ ਪੈਰ ਮਾਰੋਗੇ ਜਿਸ ਤਰ੍ਹਾਂ ਅੰਨਾ ਬੰਦਾ ਆਪਣਾ ਰਸਤਾ ਤਲਾਸ਼ ਕਰਨ ਵਾਸਤੇ ਟਟੋਲੇ ਮਾਰਦਾ। وَلَوْ نَشَاءُ لَمَسَخْنَا عَلَىٰ مَكَانَتِهِمْ فَمَا اسْتَطَاعُوا مُضِيًّا وَلَا يَرْجِعُونَ। رب فرمایا
ਤੁਹਾਡੇ ਏਡੇ ਭੈੜੇ ਕੰਮ ਸਨ ਨਾ, ਅਗਰ ਮੈਂ ਚਾਹੁੰਦਾ ਤੇ ਤੁਹਾਡੇ ਘਰਾਂ ਵਿੱਚ ਤੁਹਾਡੀਆਂ ਸ਼ਕਲਾਂ ਨੂੰ ਬਦਲ ਦਿੰਦਾ, ਜਿਹੜੀਆਂ ਵੇਖਣ ਦੇ ਕਾਬਲ ਹੀ ਨਾ ਹੁੰਦੀਆਂ। ਅੱਲਾਹੁ ਅਕਬਰ। ਲੇਕਿਨ ਅੱਜ ਦੇ ਦੌਰ ਵਿੱਚ ਅਸੀਂ ਕੁਰਾਨ ਨੂੰ ਬਤੌਰ ਇੱਕ ਰਸਮ ਪੜ੍ਹਨੇ ਆ, ਇੱਕ ਰਿਵਾਜ਼ ਦੇ ਮੁਤਾਬਿਕ। ਦਿਲ ਕੀਤਾ, ਟਾਈਮ ਲੱਗਾ ਤੇ ਪੜ੍ਹ ਲਿਆ, ਪੜ੍ਹ ਕੇ ਫਿਰ ਉਸੇ ਅਲਮਾਰੀ 'ਚ ਰੱਖ ਦਿੱਤਾ। ਖਾਸ ਕਰ ਰੋਜ਼ਿਆਂ ਦੇ ਵਿੱਚ ਰਮਜ਼ਾਨ ਸ਼ਰੀਫ ਦੇ ਮਹੀਨੇ 'ਚ ਕਦੀ ਕਦੀ ਦੋ ਨਹੀਂ ਪੜਿਆ, ਜਾਲਾ ਜੂਲਾ ਝਾੜਿਆ, ਫਿਰ ਉਹਨੇ ਵੇਖੇ ਤਰ੍ਹਾਂ ਕੁਰਾਨ ਪੜ੍ਹੋ। ਕੁਰਾਨ ਜ਼ਿੰਦਗੀ ਨੂੰ ਸਵਾਲ ਦਿੰਦਾ ਹੈ। ਰੱਬ ਦਾ ਕਲਾਮ ਨੂਰ ਹੈ, ਜਿਹੜਾ ਪੜ੍ਹੇਗਾ ਰੱਬ ਉਹਦਾ ਦਿਲ ਨੂਰ ਫਰਮਾ ਦੇਗਾ। ਜਿਸ ਮਾਈ ਸਾਹਿਬਾ ਦੇ ਤੁਸੀਂ ਖਤਮੇ ਪਾਕ ਦੇ ਉੱਤੇ ਆਏ, ਅਕਸਰ ਉਹ ਬੇਸ਼ਤਰ ਮੇਰੀ ਉਮਰ ਦੇ ਜਾਂ ਮੇਰੇ ਤੋਂ ਜ਼ਿਆਦਾ ਉਮਰ ਦੇ ਜਿਹੜੇ ਪਿੰਡ ਦੇ ਬੰਦੇ, ਉਹ ਜਾਣਦੇ ਹੋਣਗੇ ਕਿ ਮੇਰੀ ਪਿੰਡ ਦੇ ਵਿੱਚ ਇਮਾਮਤ ਔਰ ਦਰਸੋ ਤਦਰੀਸ ਤੋਂ ਪਹਿਲੇ, ਬੱਚਿਆਂ ਨੂੰ ਪੜ੍ਹਾਉਣ ਤੋਂ ਪਹਿਲੇ, ਦੋ ਮਾਈਆਂ ਪਿੰਡ ਵਿੱਚ ਬੱਚਿਆਂ ਨੂੰ ਕੁਰਾਨ ਪੜ੍ਹਾਉਂਦੀਆਂ ਸੀ। ਇੱਕ ਇਹਨਾਂ ਦੀ ਮਾਈ ਸਾਹਿਬਾ ਔਰ ਦੂਸਰਾ ਮਾਈ ਅੱਲਾ ਰੱਖੀ ਸ਼ਬੀਰ ਸਲੀਮ ਉਹਨਾਂ ਦੀ ਮਾਂ, ਬੱਚਿਆਂ ਨੂੰ ਕੁਰਾਨ ਪਾਕ ਬੇਸ਼ੱਕ ਸਾਦਾ ਪੜ੍ਹਦੀਆਂ ਸਨ, ਲੇਕਿਨ ਅੱਲਾਹ ਪਾਕ ਦੇ ਪਾਕ ਕਲਾਮ ਦੀ ਸ਼ਮਾ ਉਹਨਾਂ ਨੂੰ ਬੁੱਝਣ ਨਹੀਂ ਦਿੰਦੇ। ਹਰ ਘਰ ਦੇ ਵਿੱਚ ਕੁਰਾਨ ਦੀ ਤਲਾਵਤ ਜ਼ਰੂਰ ਕਰਵਾਈ ਹੈ। ਜਦੋਂ ਅੱਲਾਹ ਦੇ ਪਾਕ ਕਲਾਮ ਨਾਲ ਦੋਸਤੀ ਹੋਵੇ ਤੇ ਫਿਰ ਰੱਬ ਕਦੇ ਵੀ ਮਾਯੂਸ ਤੇ ਪਰੇਸ਼ਾਨ ਨਹੀਂ ਕਰਦਾ। ਅੱਲਾਹ ਦੇ ਪਾਕ ਨਬੀ ਸੱਲਲਾਹੁ ਅਲੈਹਿ ਵਸੱਲਮ ਦਾ ਇਰਸ਼ਾਦ ਪਾਕ ਫਰਮਾਇਆ, ਕਬਰ ਦੀ ਨਾ ਕੋਈ ਦਰਵਾਜ਼ਾ ਹੈ, ਨਾ ਉਸਦੀ ਕੋ ਬਾਰੀ ਤੇ ਨਾ ਕੋ ਰੋਸ਼ਨਦਾਨ ਹੈ, ਕੋਈ ਚੀਜ਼ ਉਹਦੇ ਵਿੱਚ ਦਾਖਲ ਨਹੀਂ ਹੋ ਸਕਦੀ, ਕੋਈ ਚੀਜ਼ ਤੁਹਾਡੀ ਮਦਦ ਨੂੰ ਨਹੀਂ ਆ ਸਕਦੀ। ਲੇਕਿਨ ਦੋ ਚੀਜ਼ਾਂ ਜ਼ਰੂਰ ਮਦਦ ਕਰਨਗੀਆਂ ਕਬਰ ਦੇ ਵਿੱਚ, ਇੱਕ ਰਮਜ਼ਾਨ, ਦੂਸਰਾ ਰੱਬ ਦਾ ਕੁਰਾਨ। ਰੱਬ ਦਾ ਕੁਰਾਨ ਕਬਰ ਦੇ ਵਿੱਚ ਜਾ ਕੇ ਜਦੋਂ ਨਕੀਰ ਹੈ ਸਵਾਲ ਕਰਨਗੇ, ਦਹਿਸ਼ਤ ਤੇ ਬਹਿਸ਼ਤ ਦੇ ਨਾਲ ਬੰਦਾ ਪਰੇਸ਼ਾਨ ਹੋ ਜਾਵੇਗਾ, ਉਸ ਵਕਤ ਜਾ ਕੇ ਦੀਵਾਰ ਬਣ ਕੇ ਖੜੇ ਹੋ ਜਾਣਗੇ। ਨਾ ਨਾ, ਇਹਨੂੰ ਕੁਛ ਨਾ ਕਵੇ, ਇਹਦੇ ਉੱਤੇ ਕੋਈ ਰੋਕ ਨਾ ਪਾਇਓ, ਇਹਦਾ ਸਾਥੀ ਮੈਂ ਆ। ਦੁਨੀਆ ਵਿੱਚ ਇਹਨੇ ਮੈਨੂੰ ਖੁਦ ਵੀ ਪੜਿਆ, ਲੋਕਾਂ ਤੱਕ ਮੇਰੀ ਤਾਲੀਮ ਨੂੰ ਪਹੁੰਚਾਇਆ, ਅੱਜ ਮੈਂ ਜਦੋਂ ਇਹਦਾ ਕੋਈ ਵੀ ਯਾਰ ਤੇ ਮਦਦਗਾਰ ਨਹੀਂ, ਉਸ ਅੰਧੇਰ ਕੋਠੜੀ ਕਬਰ ਦੇ ਵਿੱਚ ਮੈਂ ਇਹਦਾ ਯਾਰ ਤੇ ਮਦਦਗਾਰ। ਹਾਜ਼ਰੀ ਨਿਕਰਾਂ, ਇਸ ਪ੍ਰੋਫੈਸ਼ਨਲ ਦੌਰ ਦੇ ਵਿੱਚ ਅਸੀਂ ਦੀਨ ਤੋਂ ਬਹੁਤ ਦੂਰ ਚਲੇ ਗਏ। ਨਮਾਜ਼ ਨੂੰ, ਕੁਰਾਨ ਨੂੰ ਅਗਰ ਪੜ੍ਹਨੇ ਆ ਤਾਂ ਬਤੌਰ ਰਸਮ ਸਮਝ ਕੇ ਪੜ੍ਹਨੇ ਆ, ਅੱਲਾਹ ਦੀ ਰਜ਼ਾ ਸਮਝ ਕੇ ਪੜ੍ਹੋ, ਦੁਨੀਆ ਆਖਰਤ ਵਿੱਚ ਤੁਹਾਨੂੰ ਕਾਮਯਾਬੀਆਂ ਕਾਮਰਾਨੀਆਂ ਮਿਲਣਗੀਆਂ। ਪਰ ਵਾਲਦੇਨ ਦਾ ਅਦਬ ਇਹਤਰਾਮ ਵੀ ਆ ਜਾਏਗਾ। ਜਦੋਂ ਅਸੀਂ ਦੀਨ ਤੋਂ ਦੂਰ ਹੋ ਗਏ, ਫਿਰ ਅਸੀਂ ਨਾ ਤੇ ਰੱਬ ਦੇ ਫਰਮਾ ਬਰਦਾਰ, ਨਾ ਰੱਬ ਦੇ ਰਸੂਲ ਦੇ ਫਰਮਾ ਬਰਦਾਰ। ਕੁਰਾਨ ਨਾਲ ਜਦੋਂ ਮੁਹੱਬਤ ਦਾ ਰਿਸ਼ਤਾ ਟੁੱਟ ਗਿਆ, ਫਿਰ ਵਾਲਦੇਨ ਵੀ ਪਰੇਸ਼ਾਨ ਹੋਣਗੇ। ਜਿਸ ਵਾਲਦੇਨ ਨੇ ਬਚਪਨ ਵਿੱਚ ਆਪਣਾ ਫਰਾਇਜ਼ ਦੀ ਅਦਾਇਗੀ ਵਿੱਚ ਕਮੀ ਛੋੜ ਦਿੱਤੀ, ਕਿਆਮਤ ਵਾਲੇ ਦਿਨ ਅਗਰ ਔਲਾਦ ਨੂੰ ਵਾਲਦੇਨ ਦੇ ਫਰਾਇਜ਼ ਦੇ ਮੁਤਲਕ, ਹਕੂਕ ਫਰਾਇਜ਼ ਦੇ ਮੁਤਲਕ ਜਦੋਂ ਪੁੱਛਿਆ ਜਾਣਾ, ਔਲਾਦ ਤੋਂ ਪਹਿਲੇ ਵਾਲਦੇਨ ਨੂੰ ਪੁੱਛਿਆ ਜਾਣਾ ਕਿ ਤੂੰ ਆਪਣੀ ਔਲਾਦ ਦੀ ਅੱਛੀ ਤਰਬੀਅਤ ਕਿਉਂ ਨਹੀਂ ਕੀਤੀ। ਵਾਲਦੇਨ ਨੂੰ ਪਹਿਲੇ ਪਕੜ ਹੋਵੇਗੀ, ਬਾਅਦ ਵਿੱਚ ਔਲਾਦ ਨੂੰ ਹੋਵੇਗੀ ਕਿ ਤੂੰ ਇਹਨਾਂ ਦੀ ਫਰਮਾ ਬਰਦਾਰੀ ਕਿਉਂ ਨਹੀਂ ਕੀਤੀ। ਇਸ ਵਾਸਤੇ ਆਪਣੇ ਫਰਾਇਜ਼ ਦੀ ਅਦਾਇਗੀ ਵਾਸਤੇ ਆਪਣੀਆਂ ਔਲਾਦਾਂ ਨੂੰ ਅੱਲਾਹ ਦਾ ਫਰਮਾਨ, ਅੱਲਾਹ ਦਾ ਕੁਰਾਨ ਔਰ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਮੁਹੱਬਤ ਦੇ ਨਾਲ ਇੱਕ ਤਾਲਕ, ਇੱਕ ਰਿਸ਼ਤਾ ਜੋੜ ਦਵੋ। ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਇਰਸ਼ਾਦ ਫਰਮਾਇਆ ਕਿ ਮੇਰੇ ਤੋਂ ਬਾਅਦ ਮੇਰੀ ਅਹਿਲੇ ਬੈਤ ਔਰ ਕੁਰਾਨ ਦੇ ਨਾਲ ਮੁਹੱਬਤ ਕਰਨਾ, ਇਹਨਾਂ ਨੂੰ ਆਪਸ ਵਿੱਚ ਜੁਦਾ ਨਾ ਕਰਨਾ। ਹਜ਼ੂਰ ਨਬੀ ਅਕਰਮ ਅਲੈਹਿ ਸਲਾਤੁ ਵਸਲਾਮ ਦੀ ਮੁਕੱਦਸ ਹਸੀ ਸਾ ਔਰ ਆਪ ਦੇ ਫਰਮਾਨ ਦੇ ਨਾਲ, ਆਪ ਦੇ ਅੱਲਾਹ ਦੇ ਕਲਾਮ ਦੇ ਨਾਲ ਮੁਹੱਬਤ ਦਾ ਰਿਸ਼ਤਾ ਅਸਤਵਾਰ ਰੱਖਣਾ, ਇਹ ਦੁਨੀਆ ਆਖਰਤ ਦੀ ਕਾਮਯਾਬੀ ਹੈ। ਔਰ ਵਾਲਦੇਨ ਦਾ ਅਦਬ ਇਹਤਰਾਮ ਕਰਨਾ, ਜਿਸ ਤਰ੍ਹਾਂ ਨਮਾਜ਼ ਪੜ੍ਹਨਾ ਫਰਜ਼ ਹੈ, ਜ਼ਕਾਤ ਦੇਣਾ ਫਰਜ਼ ਹੈ, ਹੱਜ ਕਰਨਾ ਫਰਜ਼ ਹੈ, ਰੋਜ਼ਾ ਰੱਖਣਾ ਫਰਜ਼ ਹੈ, ਇਸ ਤਰ੍ਹਾਂ ਔਲਾਦ ਦੇ ਵਾਸਤੇ ਆਪਣੇ ਵਾਲਦੇਨ ਦਾ ਅਦਬ ਇਹਤਰਾਮ ਕਰਨਾ ਵੀ ਫਰਜ਼ ਹੈ। ਅੱਲਾਹ ਦੀ ਨਾ ਫਰਮਾਨੀ ਤੋਂ ਇਲਾਵਾ ਹਰ ਹੁਕਮ ਉਹਨਾਂ ਦਾ ਮੰਨ ਲੈਣਾ ਫਰਜ਼ ਹੈ ਔਰ ਇਬਾਦਤ ਹੈ।
اللہ اکبر جس نماز دین کی حد کو احترام کیتا حضور نبی رحمت صلی اللہ علیہ وسلم ارشاد فرمانے نے اگر والدین بڈھا ہو جائے بیمار ہو جائے چرپائی تے پڑ جائے فرمایا جس بندے نے اس دے پخانے کو نفرت کی رب فرماندا مینوں اس بندے کو نفرت نفرت کی مینوں اس بندے کو نفرت اللہ اکبر حضرت سلیمان علیہ السلام سامان رکھو کرنو ایک حدیث ہے اس کا بیان چلو حضرت سلیمان علیہ السلام وقت کے بادشاہ بھی نے اور نبی بھی نے باپ کی بادشاہ تے نبی بھی ہر نبی دا بادشاہ ہونا ضروری نہیں ہر نبی دا بادشاہ ہونا ضروری نہیں کیونکہ نبی بادشاہ دا محتاج نہیں بادشاہ دا نبی دا محتاج نہیں حضرت سلیمان علی نبی علیہ السلام ایک دن اللہ دا پیغام آیا اے میرے پیغمبر فلاں سمندر دے کنارے تے چلا جا میں اس تن کو اپنا نظارہ کروانا چاہوں سیدنا سلیمان علیہ السلام اپنے غلام اپنے صحابی حضرت آصف بن برقی نال لے کے سمندر دے اس کنارے تے چلے ارشاد باری تعالی آیا کیا میرے پیغمبر اس سمندر دیا تیواں وچ ویکھ تنو ایک عجیب نظارہ ملے گا حضرت سلیمان علیہ السلام نے عرض کی تھی مولا اگر میں اپنے غلام نے اس سمندر دے وچ دیکھن واسطے بھیجا اللہ نے فرمایا میں حجاب اس دے پردے اٹھا دواں گا حضرت آصف بن برقی جدو سمندر دی گہرائی دے وچ جاندے نے دیکھ دے کی نے اللہ نے پردے اٹھا دتے ایک خوبصورت محل دے وچ اللہ دا ایک نیک بندہ اللہ دے ذکر دے وچ مصروف تے مشغول ہے صدر سلیمان علیہ السلام نے عرض کیتی یا نبی اللہ ایک خوبصورت محل ہے محل دے وچ اللہ دا ایک نیک بندہ اللہ دے ذکر وچ مصروف ہے حضرت آصف بن برقی نے فرمایا ہور نیچے چلا جا حضرت آصف بن برقی اللہ دی قدرت دے نال جدوں سمندر دیاں تہاں دے تھلے چلے گئے اس بندے دے قریب پہنچے لیکن انہیں پلٹ کے نہیں دیکھیا حضرت سلیمان علیہ السلام نے فرمایا اے قریب چلا جا اس دا ذرا چہرہ میرے والوں پھیر دے اے دا رخ میرے والوں پھیر دے میں دے نال کوئی گفتگو کرنی جانا وا حضرت آصف بن برقی سمندر دیاں تاواں وچ پہنچ گئے جدو اس اللہ دے نیک بندے دے جسم دے نال اپنا ہاتھ مس کیتا اور حضرت سلیمان علیہ السلام جدو دی اکھ دی گہرائی دیکھی اکھ دی مستی دیکھی جڑا جبی گنڈے اللہ دے انوار تجلیات امجاس مشاہدہ کرن والی اکھ سی جدو اکھ وچ اکھ پائی حضرت سلیمان برقی گھبرا کے اشارہ کر دنے اللہ دے انیک بندے اللہ دے نبی نال گل کر لے اس بندے نے پلٹ کے جدو ویکھیا حضرت سلیمان علیہ السلام نے فرمایا اللہ دے نیک بندے سمندراں دیاں تہاں وچ کس طرح رب دا ذکر پیا کرنا ہے اللہ دے نیک بندے نے عرض کیتی یا نبی اللہ اج دا نہیں کل دا نہیں سال دا نہیں دو سال دا نہیں 2200 سال گزر گئے بائی صدیاں گزر گئیاں نے اس مقام دے اللہ دا ذکر کر دیا حضرت سلیمان علیہ السلام نے فرمایا اے مقام و منصب کس طرح ملیا اور عرض کردا یا نبی اللہ میری ماں اکھاں دا نبی نہیں سی میرا باپ جڑے معذور تے مفلوج سی دن رات انہاں دی خدمت کردا رہیا دن رات خدمت کیتی جو بھی کہندے انہاں دی بارگاہ وچ حاضری دتی اللہ دی عبادت کرن دا ٹائم کوئی نہیں ملیا آخرکار جدوں ماں دا آخری وقت آیا ماں نے دعا کیتی مالک اس نے ساری زندگی ساری خدمت وچ گزار دتی تینوں راضی نہیں کیتا تینوں تیری عبادت نہیں کیتی مالک نو لمبی عمر دے دے تاکہ تیری عبادت کر سکے
ਜਦੋਂ ਬਾਪ ਦਾ ਵਸਾਲ ਤੇ ਇੰਤਕਾਲ ਦਾ ਵਕਤ ਆਇਆ ਬਾਪ ਨੇ ਅੱਲਾ ਦੀ ਬਾਰਗਾਹ ਵਿੱਚ ਹੱਥ ਉਠਾਏ ਅਰਜ਼ ਕੀਤੀ ਮਾਲਿਕਾ ਇਸ ਬੱਚੇ ਨੇ ਸਾਰੀ ਜ਼ਿੰਦਗੀ ਸਾਡੀ ਖਿਦਮਤ ਵਿੱਚ ਗੁਜ਼ਾਰੀ ਤੇਰੀ ਇਬਾਦਤ ਨੇ ਕੀਤੀ ਮੌਲਾ ਲੰਬੀ ਜ਼ਿੰਦਗੀ ਦੇ ਨਾਲ ਐਸੀ ਜਗ੍ਹਾ ਤੈਨੂੰ ਇਬਾਦਤ ਦੀ ਐਸੀ ਜਗ੍ਹਾ ਮਖਸੂਸ ਕਰ ਦੇ ਜਿੱਥੇ ਸ਼ੈਤਾਨ ਦੀ ਇਬਾਦਤ ਵਿੱਚ ਦਖਲ ਨਾ ਦੇਵੇ ਕਿਉਂਕਿ ਸ਼ੈਤਾਨ ਸਮੁੰਦਰਾਂ ਦੀਆਂ ਤਹਿਵਾਂ ਥੱਲੇ ਨਹੀਂ ਜਾ ਸਕਦਾ ਰੱਬ ਨੇ ਸਮੁੰਦਰਾਂ ਦੀਆਂ ਤਹਿਵਾਂ ਥੱਲੇ ਲੰਬੀ ਜ਼ਿੰਦਗੀ ਦੇ ਕੇ ਦੁਨੀਆਂ ਕੋਲੋਂ ਛਪਾ ਕੇ ਆਪਣੇ ਬੰਦੇ ਨੂੰ ਉੱਥੇ ਰੱਖਿਆ ਤਾਂ ਕਿ ਇਬਾਦਤ ਕਰ ਲਏ ਸੈਯਦਨਾ ਸੁਲੇਮਾਨ ਅਲੈਹਿਸ ਸਲਾਮ ਨੇ ਫਰਮਾਇਆ ਖਾਣ ਪੀਣ ਦਾ ਇੰਤਜ਼ਾਮ ਕੀ ਹੈ ਅੱਲਾ ਦਾ ਨੇਕ ਬੰਦਾ ਅਰਜ਼ ਕਰਦਾ ਹਜ਼ੂਰ 24 ਘੰਟਿਆਂ ਤੋਂ ਬਾਅਦ ਅੰਗੂਰ ਦਾ ਇੱਕ ਗੁੱਛਾ ਮੈਨੂੰ ਮਿਲਦਾ ਹੈ ਜਿਹਦੇ ਨਾਲ ਭੁੱਖ ਤੇ ਪਿਆਸ ਖਤਮ ਹੋ ਜਾਂਦੀ ਅਗਰ ਚਾਹੁੰਦੇ ਹੋ ਰੱਬ ਰਾਜ਼ੀ ਹੋ ਜਾਏ ਚਾਹੁੰਦੇ ਹੋ ਛੋਟੀਆਂ ਮੋਟੀਆਂ ਗਲਤੀਆਂ ਰੱਬ ਮਾਫ਼ ਫਰਮਾ ਦੇ ਫਿਰ ਆਪਣੇ ਵਾਲਦੈਨ ਨੂੰ ਰਾਜ਼ੀ ਕਰ ਲਓ ਅੱਲਾਹ ਦੇ ਪਿਆਰੇ ਰਸੂਲ ਫਰਮਾਉਂਦੇ ਨੇ ਰਿਦਾ ਰੱਬੀ ਜ਼ੇ ਰਿਦਾ ਇਲ ਵਾਲਿਦ ਤੇਰੇ ਬਾਪ ਦੀ ਰਜ਼ਾ ਤੇਰੇ ਰੱਬ ਦੀ ਰਜ਼ਾ ਹੈ ਤੇਰੇ ਬਾਪ ਦੀ ਖੁਸ਼ੀ ਤੇਰੇ ਰੱਬ ਦੀ ਖੁਸ਼ੀ ਹੈ ਬਸਾਹਤ ਰੱਬੀ ਫੀ ਸਾਹਤ ਵਾਲਿਦ ਤੇਰੇ ਬਾਪ ਦੀ ਨਾਰਾਜ਼ਗੀ ਤੇਰੇ ਰੱਬ ਦੀ ਨਾਰਾਜ਼ਗੀ ਹੈ ਫਰਮਾਇਆ ਅਲ ਜੰਨਤ ਤਹਤਾ ਅਕਦਾਮ ਅਲ ਉਮਮਾਤ ਜੰਨਤ ਤੇਰੀ ਮਾਂ ਦੇ ਕਦਮਾਂ ਦੇ ਥੱਲੇ ਹੈ ਅੱਲਾਹ ਰੱਬੁਲ ਇੱਜ਼ਤ ਦੀ ਪਾਕ ਮਾਰਗਾ ਵਿੱਚ ਗਵਾਹ ਹੈ ਅੱਲਾਹ ਤਾਲਾ ਸਭ ਨੂੰ ਆਪਣੇ ਵਾਲਦੈਨ ਦੀ ਖਿਦਮਤ ਕਰਨ ਦੀ ਫਰਮਾ ਬਰਦਾਰੀ ਕਰਨ ਦੀ ਤੌਫੀਕ ਅਤਾ ਫਰਮਾਏ ਔਰ ਵਾਲਦੈਨ ਦੇ ਦੁਨੀਆਂ ਤੇ ਜਾਣ ਤੋਂ ਬਾਅਦ ਉਹਨਾਂ ਦੇ ਵਾਸਤੇ ਸਦਕਾ ਜਾਰੀਆ ਬਣ ਕੇ ਨਮਾਜ਼ੇ ਪੰਜ ਗਾਨਾ ਅਦਾ ਕਰਕੇ ਅੱਲਾਹ ਦੇ ਮੁਕੱਦਸ ਘਰ ਮਸਜਿਦ ਵਿੱਚ ਜਾ ਕੇ ਦੁਆ ਕਰਨ ਦੀ ਰੱਬਾ ਨਗਜ਼ਿਰ ਲਈ ਵਲੇ ਵਾਲਦਈਆ ਵਲੇ ਮੋਮਿਨ ਯੌਮਾ ਯਕੂਮ ਅਲ-ਹਿਸਾਬ ਦੁਆਵਾਂ ਕਰਨ ਦੀ ਉਹਨਾਂ ਦੀ ਬਖਸ਼ਿਸ਼ ਵਾਸਤੇ ਅੱਲਾਹ ਤੌਫੀਕ ਅਤਾ ਫਰਮਾਏ ਬਹੁਤ ਸੁਵਿਧਾ ਵਾਲੇ ਗਾਹ ਗਾਹ ਜੀ ਬਮਾਰੀ